ਹਾਂ ਜੀ ਦੋਸਤੋ, ਮਹਿਲਾ ਚੌਕ ਭਵਾਨੀਗੜ੍ਹ ਰੋਡ ਪਿੰਡ ਸਜੂਮਾ ਵਿਖੇ ਸ਼ਹੀਦ ਬਾਬਾ ਕਾਲਾ ਸਿੰਘ ਜੀ ਦੇ ਸਥਾਨ 'ਤੇ ਹਰ ਮਹੀਨੇ 10ਵੀਂ ਦਾ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ, ਜਿੱਥੇ ਸੰਗਤਾਂ ਬੜੀ ਹੀ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰ ਕੇ ਸੁੱਖਣਾ ਸੁੱਖਦੀਆਂ ਅਤੇ ਬਾਬਾ ਜੀ ਕੋਲੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਵਾਰ ਦੁਸਹਿਰੇ ਵਾਲੇ ਦਿਨ ਬੀਬੀ ਜਸਵੀਰ ਕੌਰ ਘੁਮਾਣ ਫੈਮਿਲੀ ਦੁਆਰਾ ਆਪਣੇ ਪੁੱਤਰ ਦੇ ਵਿਦੇਸ਼ ਤੋਂ ਵਾਪਸ ਆਉਣ ਦੀ ਖੁਸ਼ੀ ਵਿੱਚ ਆਪਣੀ ਸੁੱਖਣਾ ਪੂਰੀ ਕਰਦਿਆਂ ਬਾਬਾ ਕਾਲਾ ਜੀ ਦੇ ਸਥਾਨ 'ਤੇ ਗੁਰੂ ਕੇ ਲੰਗਰ ਅਤੁੱਟ ਚਲਾਏ ਗਏ। ਇਸ ਸਮੇਂ ਸਾਡੇ ਰਿਪੋਰਟਰ ਤੇਜੀ ਸਜੂਮਾ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਹਾਂ ਬੇਟਾ, ਤੁਹਾਡਾ ਕਿਹੜਾ ਪਿੰਡ ਹੈਗਾ? ਮੇਰਾ ਪਿੰਡ ਸਜੂਮਾ ਜੀ, ਮੈਂ ਪੜੋ ਪਿੰਡ ਰਹੀ ਹੋਈ ਆ। ਹਾਂਜੀ ਤੇ ਅਸੀਂ ਹਾਂਜੀ ਹਾਂਜੀ ਚਲੀ ਚੱਲੋ। ਅਸੀਂ ਇੱਥੇ ਬਾਬਾ ਜੀ ਦੇ ਸੁਖਣਾ ਸੁਖੀ ਸੀ, ਸਾਡੇ ਬੇਟੇ ਦਾ ਵੀਜ਼ਾ ਲੱਗੇ, ਸਾਡੇ ਸੁਖਣਾ ਪੂਰੀ ਹੋਈ ਆ, ਇਸ ਲਈ ਅਸੀਂ ਇੱਥੇ ਅਰਦਾਸ ਕਰੀ। ਬਾਬਾ ਜੀ ਨੇ ਸਾਡਾ ਸਾਥ ਦਿੱਤਾ ਤੇ ਪੂਰੀ ਸ਼ਰਧਾ ਦੇ ਨਾਲ ਸੇਵਾ ਕਰਵਾਈਏ ਜੀ। ਇਹ ਕਿਹੜੇ ਪਿੰਡ ਕਿਹੜਾ ਪਿੰਡ ਹੈ ਬਾਈ? ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਕਿਹੜਾ ਪਿੰਡ ਹੈ? ਇਹ ਪਿੰਡ ਸਜੂਮਾ ਜੀ, ਬਾਬਾ ਕਾਲਾ ਜੀ ਸ਼ਹੀਦ ਨੇ ਜੀ ਇੱਥੇ। ਇਹ ਸ਼ਹੀਦ ਪਾਤਸ਼ਾਹ ਨੇ ਘੁਮਾਣ ਪਾਤਸ਼ਾਹ ਦੇ ਸ਼ਹੀਦ ਨੇ, ਕਹਿੰਦੇ 12 ਪਿੰਡਾਂ ਦੇ ਘੁਮਾਣ ਨੇ ਜੀ। ਹਾਂਜੀ, 12 ਪਿੰਡਾਂ ਦੇ ਘੁਮਾਣ ਵੰਸ਼ ਦੇ ਵਾਰਿਸ ਨੇ ਜੀ ਇਹ। ਅੱਛਾ ਜੀ, ਅੱਛਾ ਜੀ। ਤੁਹਾਡੇ ਬੇਟਾ ਦੀ ਸੁੱਖਣਾ ਸੁੱਖੀ ਦੇ ਤੁਸੀਂ ਲੰਗਰ ਚਲਾਇਆ ਜੀ? ਹਾਂਜੀ, ਅਸੀਂ ਉਹਨਾਂ ਦੀ ਖੁਸ਼ੀ ਵਿੱਚ ਲੰਗਰ ਕੀਤਾ ਜੀ। ਹਾਂਜੀ, ਤੇ ਸਾਡੇ ਬੇਟੇ ਦਾ ਵੀਜ਼ਾ ਲੱਗਾ ਜੀ, ਅਮਰੀਕਾ ਘੁੰਮ ਕੇ ਆਏ ਨੇ ਉਹ। ਹਾਂਜੀ, ਤੇ ਅਸੀਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਕੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਪਿੰਡ ਵਾਸੀਆਂ ਨੇ ਵੀ ਕੋਈ ਸਹਿਯੋਗ ਦਿੱਤਾ ਬੇਟਾ? ਹਾਂਜੀ, ਪਿੰਡ ਵਾਸੀਆਂ ਨੇ ਪੂਰਿਆਂ ਨੇ ਸਾਰਾ ਸਹਿਯੋਗ ਦਿੱਤਾ ਜੀ, ਸਾਰਿਆਂ ਨੇ ਸੇਵਾ ਕੀਤੀ ਹੈ। ਇੱਥੇ ਤੇਰੇ ਚਾਚੇ ਤਾਇਆ ਨੇ? ਸਾਰੇ ਚਾਚੇ, ਸਾਰੀ ਪੂਰੀ ਫੈਮਿਲੀ ਨੇ ਜੀ ਸਾਡੀ ਸਹਿਯੋਗ ਦਿੱਤਾ ਜੀ। ਇਹ ਜੇ ਤੁਹਾਡੇ ਨਾਲ ਖੜੇ ਨੇ ਕੌਣ ਨੇ ਬਈ? ਇਹ ਸਾਡੇ ਦੀਦੀ ਨੇ ਜੀ, ਵੱਡੇ ਭੈਣ ਨੇ ਗੇ। ਇਹ ਵਾਲੀ ਲੜਕੀ? ਇਹ ਸਾਡੀ ਬੇਟੀ ਹੈ ਜੀ, ਭਾਣ ਜੀ ਆ। ਠੀਕ ਹੈ ਜੀ, ਠੀਕ, ਓਕੇ ਜੀ, ਓਕੇ। ਹਾਂਜੀ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਜਸਪਾਲ ਸਿੰਘ ਹੈ ਜੀ, ਪਿੰਡ ਭੜੋ। ਮੇਰੇ ਵੱਡਾ ਭਰਾ ਗੁਰਤੇਜ ਸਿੰਘ ਫੌਜੀ, ਉਹਨਾਂ ਦੇ ਲੜਕੇ ਦੀ ਖੁਸ਼ੀ ਦੇ ਵਿੱਚ ਅਸੀਂ ਅਖੰਡ ਪਾਠ ਸਾਹਿਬ 'ਤੇ ਲੰਗਰ ਚਲਾਇਆ ਸੀ ਪਿੰਡ ਸਜੂਮਾ ਬਾਬਾ ਕਾਲਾ ਜੀ ਦੇ। ਖੁਸ਼ੀ ਕਾਹਦੀ ਸੀ? ਲੜਕੀ ਦੀ ਪਾਸ ਹੋਇਆ ਜਾਂ ਕਿੱਦਾਂ ਜੀ? ਨਹੀਂ ਨਹੀਂ, ਉਹ ਅਮਰੀਕਾ ਦਾ ਵੀਜ਼ਾ ਲੱਗਿਆ ਸੀ ਉਹਦਾ, ਅਮਰੀਕਾ ਘੁੰਮ ਕੇ ਆਏ ਨੇਗੇ। ਉਹਨਾਂ ਸੁੱਖਣਾ ਸੁੱਖੀ ਸੀ, ਉਹ ਪੂਰੀ ਹੋ ਗਈ, ਇਸ ਲਈ ਅਸੀਂ ਇੱਥੇ ਲੰਗਰ ਚਲਾਇਆ। ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬੜਾ ਸਹਿਯੋਗ ਦਿੱਤਾ, ਖਾਸ ਕਰ ਤੇਜੀ ਸਜੂਮਾ ਜੀ ਜੋ ਸਾਡੇ ਚਾਚਾ ਜੀ ਨੇਗੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਪਰਿਵਾਰ ਦਾ, ਚਾਚਾ ਜੀ ਨੇ ਸਾਡੇ ਹੈਗੇ ਨੇ, ਬਹੁਤ ਬਹੁਤ ਸ਼ੁਕਰੀਆ। ਇਹ ਕੌਣ ਨੇ ਜੀ ਜੋ ਇਹ ਬੈਠੇ ਨੇ ਤੁਹਾਡੇ? ਸਾਡੇ ਦੋਸਤ ਨੇ ਜੀ, ਸਰਦਾਰ ਜਸਵਿੰਦਰ ਸਿੰਘ ਜੀ ਨਾਭਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਸਾਡੇ ਕਹਿਣ ਦੇ ਇੱਥੇ ਪਹੁੰਚੇ ਨੇਗੇ ਜੀ। ਸੋ ਬਾਬਾ ਕਾਲਾ ਜੀ ਦਾ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।